ए आकाशवाणी जम्मू है बड़ला दी खबरें च तंदा स्वागत मुख मुख खबरें करने पहले मैं शिवी राणा भारतीय मर्दें दी हॉकी टीम ने आज जर्मनी की 5 चार कने शिकस्त दई है ओलंपिक्स च कैंदा तगमा जीती लता है कैबिनेट सचिवों ने सबने राज्य ते केंद्र शासित प्रदेशन दे मुख सचिवें कने बैठक लायी है आजादी का अमृत महोत्सव वाले अभियान दा जायजा लेता है ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਆਖਿਆ ਜੇ 2031 ਤੱਕਰ ਭਾਰਤ ਦੀ ਪਰਮਾਣੂ ਊਰਜਾ ਸਮਰਥਵ ਬਧੀਏ 22480 ਮੀਗਾਵਾਟ ਤੱਕਰ ਪੂਜੀ ਜਾਣ ਦੀ ਇਮਤ ਹੈ ਤੇ ਸਲਾਹਕਾਰ ਰਾਜੀਵ ਰਾਏ ਪਟਨਾਗਰ ਹੋਰੇ ਜੰਮੂ ਕਸ਼ਮੀਰ ਚ ਜਲ ਜੀਵਨ ਮਿਸ਼ਨ ਦੀ ਆਮਲਾਵਰੀ ਚ ਆਸਲ ਪ੍ਰਗਤੀ ਦੀ ਸਮੀਖਿਆ ਕੀਤੀ ਉਹਨੇ ਆਖਿਆ ਜੇ ਸਰਕਾਰ ਗ੍ਰਾਮੀਣ ਇਲਾਕੇ ਦੇ ਲੋਕਾਂ ਕੀ ਬੁਨਿਆਦੀ ਸਹੂਲਤ ਉਪਲਬਧ ਕਰਵਾਉਣੇ ਹਾਸਤੇ ਵਚਨਬੱਧ ਹੈ ਤੇ ਉਹਨੇ ਕਪੀਲ ਰਾਸ਼ਟਰ ਨੇ 18 ਬਰੇ ਕੁਲਮਤੀ ਬਰੇਸੂ ਦੇ ਲੋਕੀਂ ਕੀਤੇ 21 ਜੂਨ 2021 ਸਮਾਂ ਸਰਕਾਰੀ ਕੇਂਦਰ ਚ ਮੁਫਤ ਕੋਵਿਡ-19 ਟੀਕਾ ਕਰਨ ਅਭਿਆਨ ਚ ਤੇਜ਼ੀ ਲੈ ਆਂਦੀ ਹੈ ਅਸ ਯੁਵਾ ਸ਼੍ਰੋਤਾਏਗੇ ਸਲਾਹ ਦੇ ਮਿਆਂ ਜੇ ਉਹ ਟੀਕਾ ਲਵਾਇ ਲੈਣ ਸਾਰੇ ਸ਼੍ਰੋਤਾئیں ਗੀਬ ਵੀ ਸਲਾਹ ਦਿੱਤੀ ਜਾਂਦੀ ਹੈ ਜੋ ਸੁਰੱਖਿਆ ਪਾਇਜ ਕਮੀ ਨਹੀਂ ਕਰਨ ਕੀਜੀਏ ਕੋਵਿਡ 19 ਦਾ ਸਾੜੇ ਜਿੰਦੋਂ ਪਰ ਖਤਰਾ ਅਜੇ ਵੀ ਬਨੇ ਰਹਾ ਹੈ ਮਿਹਰਬਾਨੀ ਕਰਿਓ ਜੇ ਕਰਬਾਰ ਜਾਣਾ ਆਤ ਜ਼ਰੂਰੀ ਨਹੀਂ ਹੋਵੇ ਤਾਂ ਘਰ ਚਗੇ ਰਹੋ ਤੇ ਚਾਰ ਸਖਲਿਓ ਪਾ ਜਾਰੀ ਰੱਖੋ ਮੂੰਹੇ ਪਰ ਮਾਸਕ ਪਾਓ ਸਮਾਜਿਛਿੰਡੇ ਕੀ ਤੋਂ ਦੋ ਗਸ ਦੀ ਦੂਰੀ ਰੱਖੋ ਹੱਥ ਤੇ ਮੂੰਹੇ ਕੀ ਸਾਫ ਸੁਥਰਾ ਰੱਖਣੇ ਪ੍ਰਮੁਖ ਧਿਆਨ ਦਿਓ ਤੇ ਕੋਵਿਡ ਥਮਾ ਬਚਾ ਲਾ ਟੀਕਾ ਲਵਾਇ ਲੋ ਕੋਵਿਡ ਮੁਤਲਕ ਉਸ ਜਾਣਕਾਰੀ ਤੇ ਮਾਰਗਦਰਸ਼ਨ 기ਤੇ ਉਸ ਰਾਸ਼ਟਰੀ ਐਲਪਲਾਈਨ ਨੰਬਰ ਹੈ ਪਰ ਸੰਪਰਕ ਕਰੀ ਸਕਦੇ ਹੋ ਨੰਬਰ ਨ 011 23978046 ਤੇ 1075 ਤੇ ਹਨ ਖਬਰਾਂ ਦੀ ਤਫਸੀਲ ਵਿਜੇ ਬਜਾਜ ਕੋਲਾ ਟੋਕੀਓ 올림픽ਸ ਚ ਭਾਰਤੀ ਮਰਦਾਂ ਦੀਓ ਕੀ ਟੀਮ ਨੇ ਅੱਜ 44 ਪ੍ਰਿੰਤ ਤਗਮਾ ਜਿੱਤੀ ਹੈ ਸਮੂਲ ਚ ਮੁਲਕ ਦਾ ਮਾਨ ਵਧਾਈ ਦਿੱਤਾ ਹੈ ਅੰਜੂਈ ਦੇ ਮੈਚ ਚ ਭਾਰਤੀ ਟੀਮ ਨੇ ਜਰਮਨੀ ਕੀ ਬੜੇ ਗਰਮਾਂਚਲੇ ਮੁਕਾਬਲੇ ਚ 5-4 ਕਨੇ ਸ਼ਿਕਸਤ ਦਈਏ ਕੈਨ ਦਾ ਤਗਮਾ ਆਪਣੇ ਨਾਂ ਕਰੀ ਲਿਆ ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨੇ ਭਾਰਤੀ ਮਰਦੰਦੀ ਓਕੀ ਟੀਮ ਕੀ 올림픽 ਚ ਕੈਨ ਦਾ ਤਗਮਾ ਜਿੱਤਨੇ ਪਰ ਮੁਬਾਰਕਬਾਦ ਦਿੱਤੀ ਹੈ ਉਹਨੇ ਆਖਿਆ ਜੇ ਇਹ ਐਸਾ ਤਿਆੜਾ ਜਿਹੜਾ ਅਰ ਭਾਰਤ ਵਾਸੀ ਕੀ ਚੇਤਾਰਾ ਉਗ ਭਾਰਤੀ ਟੀਮ ਕੀ ਮੁਬਾਰਕਬਾਦ ਦਿੰਦੇ ਉਹਨੇ ਆਖਿਆ ਜੇ ਓਕੀ ਟੀਮ ਨੇ ਪੂਰੇ ਮੁਲਕ ਤੇ ਖਾਸ ਤੌਰ ਉਪਰ ਸਾਡੇ ਨੌਜਵਾਨ ਨੇ ਦੀਆਂ ਆਸਾਂ ਤਾਂਗਿੰਗੇ ਪੂਰਾ ਕੀਤਾ ਹੈ ਸ਼੍ਰੀ ਮੋਦੀ ਉਹਨੇ ਆਖਿਆ ਜੇ ਪੂਰੇ ਮੁਲਕ ਕੀ ਓਕੀ ਟੀਮ ਉਪਰ ਕੈਬਨਟ ਸਚੀਵ ਰਾਜੀਵ ਗੋਬੌਰੇ ਭਾਰਤ ਦੀ ਆਜ਼ਾਦੀ ਦੇ 75 ਬਰਿਆਂ ਦਾ ਜਸ਼ਨ ਮਨਾਉਣ ਲਈ ਇਹਲਾ ਜਾਰੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦਾ ਜਾਇਜ਼ਾ ਲੈਣੇ ਕਿਤੇ ਕਾਲਿਕ ਉੱਚੀ ਸਤ ਤ ਦੀ ਬੈਠਕ ਦੀ ਅਧਿਖਸ਼ਤਾ ਕੀਤੀ ਇਸ ਮੌਕੇ ਉਹਨੇ ਸਭਨੇ ਰਾਜਨੀਤਿਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਆਖਿਆ ਜਿਓ 1947 ਦੇ ਬਾਅਦ ਥਾ ਆਪਣੇ ਸਰਬੰਧਿਤ ਇਲਾਕਿਆਂ ਕਨ ਜੁੜੇ ਦੇ ਤੱਥਾਂ ਗਿ ਉਜਾਗਰ ਕਰਨ ਬੈਠਕ ਦੀ ਸ਼ੁਰੂਆਤ ਚ ਸਾਂਸਕ੍ਰਿਤੀ ਸਰਬੰਧੀ ਕੇਂਦਰੀ ਸਚੀਵੋ ਰੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਬਗ ਬਗ ਪਹਿਲੂਆਂ ਬਾਰੇ ਪੇਸ਼ਕਾਰੀ ਕੀਤੀ ਤੇ ਇਹਲਾ ਜਾਰੀ ਗਤੀਵਿਧੀਆਂ ਚ ਸਭਨੇ ਰਾਜਨੀਤਿਕ ਕੇਂਦਰ ਸ਼ ਤੇ ਪਰ ਲੋਪਾਈ ਕੈਬਨਿਟ ਸਰਚਿਵੋ ਨੇ ਰਾਜਂਤ ਕੇਂਦਰ ਸਿਆਸਤ ਪ੍ਰਦੇਸ਼ਾਂ ਕੀ ਆਖਿਆ ਜਿਉ ਜਨ ਉਤਸਵ ਜਨ ਕੇ ਦੁਆਰਾ ਇਸ ਵਿਸ਼ੇ ਕਰਨੇ ਆਮ ਲੋਕਿਆਂ ਕੇ ਨੇ ਜੁੜੇ ਦਾ ਅਭਿਆਨ ਸ਼ੁਰੂ ਕਰਨ ਤੇ ਇਹਦੇ ਚ ਭਾਰਤ ਦੇ ਸ਼ਾਨਦਾਰ ਇਤਿਹਾਸ ਤੇ ਸੰਸਕ੍ਰਿਤੀ ਸਨੇ ਤਕਨੀਕੀ ਵਿਕਾਸ ਤੇ ਡਿਜੀਟਲ ਪਹਿਲ ਕਦਮੀਆਂ ਕੀ ਵੀ ਜਾਗਰਕਰਨ ਉਹਨੇ ਆਖਿਆ ਚ ਇਸ ਅਭਿਆਨ ਚ ਬੱਚੇ ਮਹਿਲਾਇ ਬਜ਼ੁਰਗਾਂ ਤੇ ਦਿਵਿਆਂਗਾਂ ਦੀ ਸ਼ਮੂਲੀਅਤ ਕੀ ਵੀ ਯਕੀਨੀ ਬਨਾਇਆ ਜਾ ਇਸ ਮੌਕੇ ਇਹ ਦੱਸਿਆ ਗਿਆ ਜਿ ਇਸ ਮਹੋਤਸਵ ਕਨੇ ਜੁੜੀ ਦੀਆਂ ਸਭੇ ਪਹਿਲ ਕਦਮੀਆਂ ਮਾਈ ਗੋਵ ਪੋਰਟਲ ਤੇ ਐਪ ਉਪਰ ਉਪਲਬਧਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਸਰਕਾਰ ਪਾਸੇ ਇਸ ਬਾਰੇ ਕੀਤੀ ਗਈ ਪਹਿਲ ਕਦਮੀਆਂ ਬਾਰੇ ਜਾਣਕਾਰੀ ਦਿੰਦੀ ਹੋਈ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਡਾਕਟਰ ਅਰुण कुमार ਮਿਆ ਤੌਰ 'ਤੇ ਦੱਸਿਆ ਜੇ ਜੰਮੂ ਕਸ਼ਮੀਰ ਚ 75 ਛੜਕਾਂ ਤੇ 75 ਗੇ ਸਕੂਲਾਂ ਦਾ ਨਾਮਕਾਮੀ ਗੁੰਮਨਾਮ ਨਾਇਕਾਂ ਦੇ ਨਾਂ ਉੱਪਰ ਰੱਖਿਆ ਜਾਗ ਇਤਲਾਵਾ 75ਵੇਂ ਆਜ਼ਾਦੀ ਆਲੇ ਦਿਹਾੜੇ ਸ਼ਾਪਲੇ ਸਭ ਨੇ ਪੰਚਾਇਤਾਂ ਚ ਖੇਡ ਮੈਦਾਨ ਯੂਵਾ ਕਲੱਬ ਤੇ ਰੁੱਖ ਬੂਟੇ ਲਾਣੇ ਸਰਬੰਧੀ ਕਮੇਟੀਆਂ ਕਾਇਮ ਕੀਤੀਆਂ ਜਾਂਗਨ ਆਪਣੇ ਅਭਿਆਨ ਦੇ ਸਿੱਧੇ ਤੌਰ ਉਪਰ ਜੰਮੂ ਕਸ਼ਮੀਰ ਨੇ ਕੇਂਦਰੀ ਸੱੰਸਕ੍ਰਿਤੀ ਮੰਤਰਾਲੇ ਕੀ ਕਸ਼ਮੀਰੀ ਤੇ ਡੋਗਰੀ ਭਾਸ਼ਾਾਂ ਚ ਰਾਜ ਗੀਤ ਵੀ ਜਮਾ ਕਰਵਾਇਆ ਹੈ ਜਿਸ ਦੇ ਚ ਜੰਮੂ ਕਸ਼ਮੀਰ ਦੇ ਯੋਗਦਾਨ ਨੇ ਤੇ ਆਸੇ ਤਾਂਗੇਗੀ ਉਜਾਗਰ ਕੀਤਾ ਗਿਆ ਹੈ ਜੰਮੂ ਕਸ਼ਮੀਰ ਦੀਆਂ ਸਾਰਵਜਨਿਕ ਲਾਇਬ੍ਰੇਰੀਆਂ ਚ ਤਬਦੀਲੀਆਂ ਕਰੀਏ ਉਹਨੇ ਕੀ ਡਿਜੀਟਲ ਯੁੱਗ ਦੇ ਮੁਜਬ ਬਣਾਇਆ ਜਾ ਕਰਦਾ ਹੈ इसरबंदि आजकल श्रीनगर चलुआई गई थी एक बैठक दरन लाइब्रेरियां ते शोध सरबंदी महकमे दे डायरेक्टर और या किया जे लाइब्रेरियां सरबंदी महकमा इने महत्वपूर्ण निदारेंगी बहुउद्देशीय सुविधाएं च तब्दील करने दे मिशन ऊपर काम करा करता जेंदे राय आम लोग के ते खास करिए युवाएं की भी आधुनिक डिजिटल युग दे मुजब सुुलता सुलुंगन उन या किया जे इस पहल कदम दे के सदतौर ऊपर जम्मू दी एसआरएस लाइब्रेरी ते श्रीनगर दी एसपीएस लाइब्रेरी के पल यहां आधुनिक किस्म दे आईटी केंद्रन दे तौर ऊपर स्थापित की ता जा करदा जनजातीय मामले सरबन्दी विभाग ਦੇ ਸਚੀਵ ਤੇ ਮਿਸ਼ਨ ਯੂਥ ਦੇ ਸੀਈਓ ਡਾਕਟਰ شاہਦ ਇਕਬਾਲ ਚੌਧਰੀ ਅਤੇ ਗੁਜਰ ਦੇਸ਼ ਚੈਰੀਟੇਬਲ ٹرسٹ ਜੰਮੂ ਕਨ ਇੱਕ ਵਿਸਤਾਰ ਵਾਲੀ ਪਰਮਾਰਸ਼ ਸਰਬੰਦੀ ਬੈਠਕ ਦੀ ਅਧਿਖਸ਼ਤਾ ਕੀਤੀ ਤੇ ਸਮਾਜੀ ਆਰਥਿਕ ਤੇ ਵਿਕਾਸ ਵਾਲੀਆਂ ਪਹਿਲ ਕਦਮੀਆਂ ਜਿੰਦੇ ਚ ਸੰਸਕ੍ਰਿਤੀ ਤੇ ਸਿੱਖਿਆ ਮੁਖ ਤੌਰ ਉਪਰ ਸ਼ਾਮਲਨ ਉਹਨਾਂ ਦੇ ਸਰਬੰਧਤ ਪ੍ਰੋਜੈਕਟਾਂ ਪਰ ਚਰਚਾ ਕੀਤੀ। ਉਹਨੇ ਕੀ ٹرسٹ ਦੇ ਮੈਂਬਰਿਆਂ ਅਸਿਆ ਪੂਰੀ ਜਾਣਕਾਰੀ ਦਿੱਤੀ ਗਈ ਤੇ ਬਕ ਬਕ ਖੋਦ ਵਾਲੇ ਖੇਤਰਾਂ ਥਮਾ ਮਾਹਰੇ ਪਾਸੇ ਜੰਮੂ ਕਸ਼ਮੀਰ ਤੇ ਜਨਜਾਤੀ ਸਮੁਦਾਏ ਦੀ ਦਰਪੇਸ਼ ਮੁੱਦੇ ਉਪਰ ਲੋਪਾਈ ਗਈ। ਡਾక్టర్ ਸ਼ਾਹੀਦ ਹੁਰੀਆਂਖਿਆ ਜੀ ٹرسٹ ਪਾਸਿਆ ਸਮਾਜਜੀ ਸੰਸਕ੍ਰਿਤੀ ਤੇ ਬੜੇ ਮਤੇ ਯੋਗਦਾਨ ਦੀ ਮੱਤੇ ਤੇ ਜਨਜਾਤੀ ਅਨੁਸੰਧਾਨ ਸੰਸਥਾਨ ਤੇ ਗੁਜਰ ਦੇਸ਼ ਚੈਰੀਟੇਬਲ ਟਰਸਟ ਬਿਸ਼ਕਾਰ ਸਾਂਝਾ ਤਰੀਕਾਕਾਰ ਬਣਾਉਣ ਤੇ ਆਹਵਾਨ ਵੀ ਕੀਤਾ ਉਹਨੇ ਗੁਜਰ ਦੇਸ਼ ਚੈਰੀਟੇਬਲ ਟਰਸਟ ਟੀਮ ਦਾ ਸਟੇਟ ਆਫ ਆਰਟ ਸਕੂਲ ਲਾਇਬ੍ਰੇਰੀ ਸਾਂਸਕ੍ਰਿਤਿਕ ਕੇਂਦਰ ਤੇ ਹੋਰਨੀਆਂ ਚੀਜ਼ਾਂ ਕੀ ਬਣਾਉਣੇ ਤਾਈਂ ਉਹਦੇ ਯੋਗਦਾਨ ਦੀ ਸਰਾਨਾ ਕੀਤੀ ਉਹਨੇ ਗੁਜਰ ਦੇਸ਼ ਚੈਰੀਟੇਟੇਬਲ ਟਰਸਟ ਦੇ ਅਧਿਐਕਸ਼ ਤੇ ਸੰਸਥਾਪਕ ਮਸੂਦ ਚੌਧਰੀ ਤੇ ਹੋਰਨੇ ਬਰਿਸ਼ਟ ਮੈਂਬਰਿੰਦੇ ਯੋਗਦਾਨ ਕੀ ਵੀ ਚੇਤਾ ਕੀਤਾ ਜੰਮੂ ਖੇਤ ਵਿੱਚ ਪਿਛਲੇ ਮਹੀਨੇ ਖੁਰਾਕ ਸਿਵਲ ਸਪਲਾਈਜ਼ ਦੇ ਉਪਭੋਗਤਾ ਮਾਮਲੇ ਸਰਬੰਤੀ ਵਿਭਾਗ ਪਾਸਯਾ ਕੋਈ 43749 ਮੈਟ੍ਰਿਕ ਟਨ ਅੰਨ ਦਾਣਾ ਵੰਡਿਆ ਗਿਆ ਇਸ ਗੱਲ ਦੀ ਜਾਣਕਾਰੀ ਖੁਰਾਕ ਸਿਵਲ ਸਪਲਾਈਜ਼ ਤੇ ਉਪਭੋਗਤਾ ਮਾਮਲੇ ਦੇ ਕਮਿਸ਼ਨਰ ਸੈਕਟਰੀ ਜ਼ੁਬੇਰ ਰਹਿਮਤਦੋ ਰਿੰਗੀ ਬੈਠ ਕੇ ਦੀ ਅਧਿਖਸ਼ਤਾ ਕਰਦੀ ਹੋਈ ਕੱਲ ਦਿੱਤੀ ਗਈ ਤੇ ਉਹਨੇ ਜੰਮੂ ਖੇਤੇ ਚ ਰਾਸ਼ਨ ਦੀ ਵੰਡ ਦੀ ਪ੍ਰਗਤੀ ਤੇ ਸੁਧਾਰੇ ਤੇ ਉਹਨਾਂ ਚੀਜ਼ਾਂ ਦੇ ਬਾਰੇ ਚ ਜਾਇਜ਼ਾ ਲੈਂਤਾ ਬੈਠਕਾ ਚ ਵੀ ਜਾਣਕਾਰੀ ਦਿੱਤੀ ਗਈ ਜੇ ਰਾਸ਼ਟਰੀ ਖਾਦਿ ਸੁਰੱਖਿਆ ਕਾਨੂੰਨ ਦੇ ਤਹਿਤ ਲਾਭार्थियों ਕੀ 14361 ਮੈਟ੍ਰਿਕ ਟਨ ਅੰਨ ਦਾਣਾ ਵੰਡਿਆ ਗਿਆ ਤੇ ਉਸਾਰੀ ਕੀਤੇਦਰਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੋਈ 1347 ਮੈਟ੍ਰਿਕ ਟਨ ਅੰਨ ਦਾਣੀ ਦੀ ਵਿਭੰਡ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਆਮ ਲੋਕਾਂ ਦੇ ਵਿਚਾਰ ਸਰਬੰਧੇਗੀ ਹੋਰ ਪੱਕਾ ਕਰਨ ਤੇ ਆਮ ਲੋਕਾਂ ਦੀ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰ ਬਣਾਉਣ ਦੇ ਮਕਸਦ ਕਰਨ ਸਾਮਪਾਤੀਏ ਡਿਪਟੀ ਕਮਿਸ਼ਨਰ ਅਨੁਰਾਧਾ ਗੁਪਤਾ ਹੋਰੇ ਕੱਲ ਜ਼ਿਲ੍ਹੇ ਦੀ ਰਾਜਪੂਰਾ ਤਹਿਸੀਲ ਦੇ ਚੱਕ ਦੁਲਮਾਲੇ ਸਰਕਾਰੀ ਸਰਦੀ ਗ੍ਰਾਂਚ ਇੱਕ ਬੈਠਕ ਲਾਈ ਜਿਦੇ ਚ ਤਕਰੀਬਨ 5 ਪੰਚਾਇਤਾਂ ਦੇ ਸਰਪੰਚੇ ਪੰਚੇ ਤੇ ਆਮ ਲੋਕਾਂ ਵੀ ਸਲਤ ਇਸ ਮੌਕੇ ਪਰ ਉਹਨੇ ਆਪਣੀਆਂ ਕਈ ਸਾਰੀ ਸਮੱਸਿਆਵਾਂ ਡਿਪਟੀ ਕਮਿਸ਼ਨਰ ਹੁੰਦੇ ਅੱਗੇ ਰੱਖੀਆਂ ਲੋਕਾਂ ਦੀਆਂ ਸਮੱਸਿਆਵਾਂ ਗੀ ਸੁਣਦੀ ਹੋਈ ਸਾਹਮਣੇ ਡਿਪਟੀ ਕਮਿਸ਼ਨਰ ਅਨੁਰਾਧਾ ਗੁਪਤਾ ਹੋਰ ਆਖਿਆ एडमिनिस्ट्रेशन के लिए ये जरूरी है अलग अलग एरिया में जाके वहाँ के लोगों की जो ग्रीवेंसिस उनको सुना जाए और अभी रिसेंटली कि गवर्नमेंट की तरफ से इंस्ट्रक्शन आई हैं कि हर बुधवार को शनिवार को डिप्टी कमिश्नर फार फ्लंग एरियाज में जाके वहाँ पे लोगों से मिले और उनके ग्रीवेंसिस सुने उस क्रम में पहली विजिट थी राजपुरा का ये फार फ्लंग एरिया है जो बॉर्डर विलेज है यहाँ पे सब लोग आए हुए थे उन्होंने अलग अलग किस्म की अलग अलग महकमो की जो उनकी प्रॉब्लम थी उनके बारे में बताया हालांकि काफी सारे महकमों को अप्रिशिएट भी किया गया कि उनके ऑफिसर्स ہے اچھا کام کر رہے ہیں بٹ کوشش ہماری یہ رہے گی کہ اور اچھا کام ہو ایک خبریں تو اس आकाशवाणी जम्मू تھم سنارتی ہوں ان باقی دیاں خبریں کرنے شیوی رینا ਭਾਰਤ ਦੀ ਪਰਮਾਣੂ ਤਾਕਤ ਵਾਲੀ ਸਮਰਥ ਮੌਜੂਦਾ 6780 ਮੈਗਾਵਾਟ ਤੋਂ ਵਧিয়ে 2031 ਤੱਕ ਕਰ 22480 ਮੈਗਾਵਾਟ ਤੱਕ ਕਰ ਪੂਜੀ ਜਾਣ ਦੀ ᱩमेद ਹੈ ਪਰਮਾਣੂ ਊਰਜਾ ਤੇ ਅੰਤਰਿਕਸ਼ ਸਰਬੰਦੀ ਮਹਿਕਮੇ ਦੇ ਰਾਜमंत्री ਡਾਕਟਰ ਜਤਿੰਦਰ ਸਿੰਘ ਹੋਨੇ ਕੱਲ ਲੋਕ ਸਭਾ ਚ ਲਿਖੀਏ ਦਿੱਤੇ ਗਏ ਇੱਕ ਪਰਤੇ ਦੌਰਾਨ ਕਾਲੇ ਜਾਣਕਾਰੀ ਦਿੱਤੀ ਉਹਨੇ ਅਗਲਾਇ ਜ ਮੁਲਖ ਚ ਮੁਲਖ ਚ ਕੁੱਲ ਬਿਜਲੀ ਪੈਦਾਵਾਰ ਚ ਪਰਮਾਣੂ ਊਰਜਾ ਦਾ ਇਸਾ ਤਕਰੀਬਨ 3.1 ਫੀਸਦ ਹੈ ਉਹਨੇ ਆਖਿਆ ਜ ਸਰਕਾਰ ਬਿਜਲੀ ਦੀ ਪੈਦਾਵਾਰ ਚ ਪਰਮਾਣੂ ਊਰਜਾ ਦੇ ਇਸੇ ਕੀ ਵਧਾਣੇ ਆਸਤੇ ਇੱਕ ਵੱਡਾ ਸਮਰਥ ਵਧਾਣੇ ਸਰਬੰਦੀ ਪ੍ਰੋਗਰਾਮ ਚਲਾੜਦਾ ਹੈ ਉਹਨੇ ਵੀ ਆਖਿਆ ਜੇ ਏਲੇ 6780 ਮੀਗਾਵਾਟ ਦੀ કુલ ਸਮਰਥਾ ਵਾਲੇ 22 ਰਿਐਕਟਰ ਕੰਮ ਕਰਾਰ ਦੇਣ ਇਹਦੇ علاوہ 8000 ਮੀਗਾਵਾਟ ਦੀ ਸਮਰਥਾ ਵਾਲੇ 10 ਪਰਮਾਣੂ ਊਰਜਾ ਰਿਐਕਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਡਾਕਟਰ ਸਿੰਘ ਹੋਰੇ ਦੱਸਿਆ ਜੇ ਸਰਕਾਰ ਨੇ 7700 ਮੀਗਾਵਾਟ ਦੀ ਸਮਰਥਾ ਵਾਲੇ 10 ਸਵਦੇਸ਼ੀ ਹੈਵੀ ਵਾਟਰ ਰਿਐਕਟਰ ਸਥਾਪਿਤ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ ਉਪ ਰਾਜਪਾਲ ਹੁੰਦੇ ਸਲਾਕਾਰ ਰਾਜੀਵ ਰਾਏ ਪਟਨਾਗਰੋਂ ਨੇ ਕਲ ਸ੍ਰੀ ਨਗਰ ਦੇ ਸਿਵਲ ਸਚਿਵਾਲੇ ਚ ਇੱਕ ਬੈਠਕਾਂ ਦੀ ਅਧਿਐਕਸ਼ਤਾ ਕੀਤੀ ਤੇ ਜੰਮੂ ਕਸ਼ਮੀਰ ਚ ਜਲ ਜੀਵਨ ਮਿਸ਼ਨ ਦੀ ਅਮਲਾਵਰੀ ਦੀ ਪ੍ਰਗਤੀ ਤੇ ਬਾਰੇ ਜਾਇਜ਼ਾ ਲਿਆਤਾ ਇਸ ਚ ਬੋਲਦੇ ਹੋਏ ਉਹਨੇ ਅਧਿਕਾਰੀਆਂ ਗੀ ਸਬੇ ਜਲ ਸਰੋਤਾਂ ਦੀ ਜਾਂਚ ਕਰਨੇ ਗੀ ਆਖਿਆ ਤਾਂ ਜੋ ਸਕੀਮੇ ਗੀ ਸਫਲਤਾ ਕੰਨੇ ਲਾਗੂ ਕੀਤਾ ਜਾਇ ਸਕੇ ਉਹਨੇ ਅਫਸਰਾਂ ਗੀ 12 ਅਗਸਤ ਤੋੜੀ ਕਰੇ ਤੇ ਆਂਗਨਵਾੜੀ ਸਕੂਲ ਐ ਤੱਕਰ ਪਾਣੀ ਦੇ ਨਲਕੇ ਪੁਜਾਨੇ ਗੀ ਸੁਨਿਸ਼ਚਿਤ ਕਰਨੇ ਗੀ ਆਖਿਆ ਤੇ ਪੂਰੀ ਜਾਣਕਾਰੀ ਗੀ ਇੰਟੀਗ੍ਰੇਟਿਡ ਮੈਨੇਜਮੈਂਟ ਇਨਫੋਰਮੇਸ਼ਨ ਸਿਸਟ ਅਲਾਕਾਰ ਪਟਨਾਗਰੋਰੇ ਅਫਸਰਾਂਗੀ ਪੀਨੇ ਦੇ ਪਾਣੀ ਦੇ ਮਿਆਰ ਦੀ ਬੁਨਿਆਦੀ ਸਤਾ ਪਰ BIS ਦੇ ਮਾਨਕ ਦੇ ਹਿਸਾਬੇ ਬਣਾਏ ਰੱਖਣੇ ਤਾਈਂ ਜਾਂਚ ਕਰਨੇ ਦੇ ਬਾਰੇ ਵੀ ਆਖਿਆ ਮੁਲਖ ਪਰਜ ਅਜੇ ਤੱਕ ਕੋਵਿਡ ਸਾਹ ਬਚਾ ਆਲੇ 48 ਕਰੋੜ 99 ਲੱਖ ਟੀਕੇ ਲਾਈ ਜਾ ਚੁੱਕੇ ਹਨ ਕੇਂਦਰ ਸਿਹਤ ਮੰਤਰਾਲੇ ਨੇ ਆਖਿਆ ਜੇ ਇੰਦੇ ਚ 38 ਕਰੋੜ ਸ਼ਾਮਤ ਪਹਿਲੀ ਖੁਰਾਕ ਦੇ ਟੀਕੇ ਜਿਸ ਲੈ ਕੇ 10 ਕਰੋੜ 81 ਲੱਖ ਸ਼ਾਮਤੇ ਦੂਈ ਖੁਰਾਕ ਦੇ ਟੀਕੇ ਸ਼ਾਮਲ ਰਾਸ਼ਟਰੀ ਵਿਆਪੀ ਟਿਕਾਕਰਨ ਅਭਿਆਨ ਦਾ ਇਹ ਨਵਾਂ ਚਰਨ ਜੰਦੀ 21 ਜੂਨ ਤੋਂ ਸ਼ੁਰੂ ਹੋ ਆਹਾ ਮੰਤਰਾਲੇ ਨੇ ਆਖਿਆ ਜੇ ਛੜਾ ਕੱਲਗੇ 33,50,000 ਸ਼ਾਮਤ ਟੀਕੇ ਮੁਲਕ ਪਰ ਅਚੇ ਲਾਏਗੇ ਨੇ ਇੰਦੇ ਚ 18 ਸਾਲ 44 ਬਰੇ ਦੀ ਉਮਰੀ ਦੇ ਲੋਕਾਂ ਕੀ ਕਲ 18 ਲੱਖ 36 ਹਜ਼ਾਰ ਸ਼ਾਮਤ ਪਹਿਲੀ ਖੁਰਾਕ ਦੇ ਟੀਕੇ ਤੇ 39 ਲੱਖ 9000 ਸ਼ਾਮਤ ਤੇ ਦੂਈ ਖੁਰਾਕ ਦੇ ਟੀਕੇ ਲਾਏ ਜਾਣ। ਕੁੱਲ ਮਲਾਇਏ 37 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 18 ਤੋਂ 44 ਬਰੇ ਦੀ ਉਮਰੀ ਦੇ 16 ਕਰੋੜ 6 ਲੱਖ ਸ਼ਾਮਤ ਲੋਕਾਂ 'ਗੀ ਅਜੇ ਤੱਕਰ ਪਹਿਲੀ ਖੁਰਾਕੂ ਦਾ ਟੀਕਾ ਲਾਇਆ ਜਾਇ ਚੁਕੇ ਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਕੱਲ ਕੋਵਿਡ ਦੇ 14990 ਮਾਮਲੇ ਸਾਹਮਣੇ ਆਏ ਨਾ ਇੰਦੇ ਚਾ 99 ਮਾਮਲੇ ਜੰਮੂ ਡਿਵੀਜ਼ਨ ਥਮਾ ਜਿਸ ਲੈ ਕੇ 100 ਮਾਮਲੇ ਕਸ਼ਮੀਰ ਡਿਵੀਜ਼ਨ ਥਮਾ ਸਾਹਮਣੇ ਆਏ ਨਾ ਇਹਨੇ 99 ਮਾਮਲੇ ਕੀ ਮਲਾਈਏ ਪ੍ਰਦੇਸ਼ ਅਜੇ ਤੱਕ ਕਰ ਸਾਹਮਣੇ ਆਏਗੇ ਦੇ ਕੋਵਿਡ ਦੇ ਕੁੱਲ ਮਾਮਲੇ ਦੀ ਗਿਣਤਰੀ ਵਧியே 32214 ਹੋਈ ਗਈ ਹੈ ਖਬਰਾਂ ਦੇ ਇਸ ਬੁਲੇਟਿਨ ਚ ਬਸ ਇਨਾ ਗੇ